students, in our today's class, we will discuss about measurement of time. First of all, we see this picture. This is a picture of clock. It tells us time. Normally, a clock has three hands. The first one is our hand. It is a smallest hand. The second one is minute hand. It is the biggest hand. And the third one in red color is a second hand. But in our today's class, we will discuss about only two hands, the minute hand and a hour hand. ਬੱਚਿਓ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਆਰ ਹੈਂਡ ਅਤੇ ਮਿਨਟ ਹੈਂਡ ਦੀ ਗੱਲ ਹੀ ਕਰਾਂਗੇ। ਦੇਖੋ ਜਿਹੜੀ ਸਾਡੀ ਥ੍ਰੀ 'ਤੇ ਸੂਈ ਆ ਇਹ ਸਾਡੀ ਆਰ ਹੈਂਡ ਆ ਅਤੇ ਜਿਹੜੀ ਸਾਡੀ ਟੂ 'ਤੇ ਸੂਈ ਆ ਇਹ ਸਾਡੀ ਮਿਨਟ ਹੈਂਡ ਆ। ਮਿਨਟ ਹਮੇਸ਼ਾ ਹੈਂਡ ਹਮੇਸ਼ਾ ਵੱਡੀ ਹੁੰਦੀ ਆ ਅਤੇ ਆਰ ਹੈਂਡ ਹਮੇਸ਼ਾ ਛੋਟੀ ਹੁੰਦੀ ਆ। ਦੇਖੋ ਜਿਵੇਂ ਜਿਹੜੀ ਮਿਨਟ ਹੈਂਡ ਆ ਇਹ 1 to 2 ਦੇ ਵਿੱਚ ਆਉਣ ਦੇ ਵਿੱਚ ਹਮੇਸ਼ਾ 5 ਮਿੰਟਸ ਲੈਂਦੀ ਆ। ਦੇਖੋ ਜਿਵੇਂ ਆ 1 5 ਦਾ 5 ਹਮੇਸ਼ਾ ਮਿੰਟਸ ਦਾ ਟਾਈਮ ਦੇਖਣ ਦੇ ਲਈ 5 ਦਾ ਟੇਬਲ ਪੜਿਆ ਜਾਂਦਾ ਅਤੇ 5 2 ਆਰ 10 5 3 ਆਰ 15 5 4 ਆਰ 20। ਠੀਕ ਆ, ਜਦੋਂ 12 to 1 ਤੱਕ ਸਾਡੀ ਆ ਮਿਨਟ ਹੈਂਡ ਆਉਂਦੀ ਆ ਤਾਂ 5 ਮਿੰਟਸ ਹੁੰਦੇ ਆ, ਜਦੋਂ 1 to 2 ਤੱਕ ਆਉਂਦੀ ਆ ਤਾਂ 10 ਮਿੰਟਸ ਹੁੰਦੇ ਆ। ਠੀਕ ਹੈ, ਇਸ ਤਰ੍ਹਾਂ ਜਿਹੜੀ ਸਾਡੀ ਆਰ ਹੈਂਡ ਆ ਇਹ ਸਾਨੂੰ 1 ਘੰਟੇ ਦਾ ਟਾਈਮ ਇਹ ਵਾਲੀ ਦੱਸਦੀ ਆ। ਜਦੋਂ ਇਹ 12 to 1 ਦੇ ਵਿਚਾਲੇ ਆਉਂਦੀ ਆ ਤਾਂ 1 ਘੰਟਾ ਅੱਗੇ ਲੰਘਦਾ, 1 ਵੱਜਦਾ ਵਾ। ਜਿਹੜੀ ਆਰ ਹੈਂਡ ਆ ਸਾਡੀ ਜਿਵੇਂ 3 'ਤੇ ਆ ਅਤੇ ਜਿਹੜੀ ਸਾਡੀ ਮਿਨਟ ਹੈਂਡ ਆ ਉਹ 12 'ਤੇ ਹੁੰਦੀ ਆ ਅਤੇ ਸਾਡੇ 3 o'clock ਹੁੰਦੇ ਆ। ਜੇ ਹਮੇਸ਼ਾ ਜਿਹੜੀ ਆ ਜਿਹੜੀ ਮਿਨਟ ਹੈਂਡ ਆ ਇਹ ਹਮੇਸ਼ਾ 12 'ਤੇ ਹੋਣੀ ਚਾਹੀਦੀ ਆ ਅਤੇ ਆਰ ਹੈਂਡ ਸਾਡੀ 3 'ਤੇ ਆ 3 o'clock ਹੋਣਗੇ। ਜਦੋਂ ਸਾਡੀ ਆਰ ਹੈਂਡ 4 'ਤੇ ਆਉਂਦੀ ਆ ਅਤੇ ਮਿਨਟ ਹੈਂਡ 12 'ਤੇ ਹੁੰਦੀ ਆ ਤਾਂ ਸਾਡੇ 4 o'clock ਹੁੰਦੇ ਆ। ਇਸ ਤਰ੍ਹਾਂ ਜਦੋਂ ਸਾਡੀ ਆਰ ਹੈਂਡ 5 'ਤੇ ਆਉਂਦੀ ਆ ਤਾਂ ਮਿਨਟ ਹੈਂਡ 12 'ਤੇ ਹੁੰਦੀ ਆ ਤਾਂ 5 o'clock ਹੁੰਦੀ ਆ।